ਕਿ ਜਿਹੜਾ ਰਾਤ ਨੂੰ ਗਲੇ ਦਾ ਡਰਾਈ ਹੋਣਾ, ਖੁਸ਼ਕ ਹਾਂ ਹੋਣਾ ਹਾਂ ਜੀ ਅਤੇ ਜਾਂ ਆਵਾਜ਼ ਦਾ ਬੈਠ ਜਾਣਾ, ਹਾਂ ਇਹ ਜਾ ਕੇ ਕਈ ਇੱਕ ਹੀ ਚੀਜ਼ ਨਹੀਂ ਜੁੜ ਜਾਂਦੀ? ਲੋੜ ਤੋਂ ਜ਼ਿਆਦਾ ਮਤਲਬ ਜਿਹੜਾ ਵੋਕਲ ਕਾਰਡ ਯੂਜ਼ ਕਰਦੇ ਹੋ, ਵਰਤਦੇ ਹੋ, ਤਾਂ ਉਹਦੇ 'ਚ ਆਵਾਜ਼ ਬੈਠ ਜਾਂਦੀ, ਕੋਈ ਚੀਜ਼ ਮਤਲਬ ਜ਼ਿਆਦਾ ਵਰਤੀ ਗਈ ਲਾਊਡਲੀ, ਅਤੇ ਉਹ ਓਕੇ ਮਜਬੂਰੀ ਬਸ, ਚਲੋ ਸਿੰਗਰਾਂ ਦਾ ਆਪਦਾ ਹੋਇਆ ਜੀ ਮਜਬੂਰੀ ਹੈ, ਤੁਹਾਡੀ ਵੀ ਹੌਸਲੇ ਦੀ ਵੀ ਮਜਬੂਰੀ ਹੈ, ਬੋਲਣਾ ਪੈਂਦਾ, ਤਾਂ ਉਸ ਨਾਲ ਜਿਹੜੇ ਉਹਨੇ ਗਲੈਂਡਸ ਆ ਸਾਡੇ, ਉਹਨਾਂ 'ਚ ਡਰਾਈਨੈਸ ਹੋ ਜਾਂਦੀ ਹੈ ਅਤੇ ਓਕੇ ਆਵਾਜ਼ ਬੈਠ। ਸਿਰਫ ਰਾਤ ਨੂੰ ਹੀ ਕਿਉਂ ਸੁੱਕਦਾ ਹੈ? ਜੇ ਜੀ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ, ਸਾਡੇ ਮੇਦੇ ਦੇ ਵਿੱਚ ਜਾਣੀ ਸਟੋਮਿਕ ਦੇ ਵਿੱਚ ਐਸਿਡ ਬਣ ਜਾਂਦਾ। ਸਾਇਲੈਂਟ ਐਸਿਡ ਨਾਲ ਕੀ ਹੁੰਦਾ? ਬੰਦੇ ਦੇ ਮੂੰਹ 'ਚ ਖੁਸ਼ਕੀ, ਆਵਾਜ਼ ਦਾ ਬੈਠ ਜਾਣਾ, ਉਲਟੀ, ਘਬਰਾਹਟ, ਇਹ ਆਮ ਹੀ ਕੋਮਨ ਸਿੰਪਟਮ ਹੈ। ਅਤੇ ਈਵਨ ਕਿ ਜਿਹੜਾ ਮੇਦੇ ਦੇ ਵਿੱਚ ਕਿਸੇ ਕਿਸਮ ਦੀ ਪ੍ਰੋਬਲਮ ਆਉਂਦੀ ਹੈ ਵੀ ਰੋਟੀ ਡਾਈਜੈਸਟ ਨਹੀਂ ਹੋਈ, ਗਲੇ 'ਚ ਰੀਫਲੈਕਟ ਕਹਿੰਦੇ ਜੀ, ਐਸਿਡ ਰੀਫਲੈਕਟ, ਬਟ ਜਿਹੜਾ ਗਰਮ ਗਰਮ ਦੁੱਧ ਪੀ ਕੇ ਰਾਤ ਨੂੰ ਡਾਈਜੈਸਟ ਕਰਨ ਤੇ ਕਈ ਬੰਦਿਆਂ ਨੂੰ ਟਾਈਮ ਲੱਗਦਾ ਜੀ, ਉਹ ਫਿਰ ਬਹੁਤ ਖਰਾਬ ਕਰਦਾ ਤੰਗ ਹੁੰਦਾ ਜੀ। ਇਸ ਕਰਕੇ ਮਤਲਬ ਆਪਾਂ ਜਿਨ੍ਹਾਂ ਨੂੰ ਫਿੱਟ ਆ ਉਹ ਪੀ ਸਕਦੇ ਆ, ਬਟ ਜਿਹੜੇ ਬੰਦੇ ਤੰਗ ਹੁੰਦੇ ਆ, ਐਸਿਡ ਬਣਦਾ, ਮੂੰਹ ਸੁੱਕਦਾ, ਉਹ ਇਹ ਨਾ ਪੀਣ ਜੀ, ਉਹ ਡੇ ਟਾਈਮ 'ਚ ਪੀ। ਸੋਰੀ ਜੀ, ਦੇ ਹੈਲਥ ਟ੍ਰਿਪ 'ਚ ਅਸੀਂ ਸਵਾਗਤ ਕਰਦੇ ਹਾਂ ਡਾਕਟਰ ਮੁਕੇਸ਼ ਜੀ ਦਾ। ਡਾਕਟਰ ਮੁਕੇਸ਼ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸੋ ਡਾਕਟਰ ਜੀ, ਅੱਜ ਅਸੀਂ ਗੱਲ ਕਰਦੇ ਹਾਂ ਕਿ ਕਈ ਵਾਰ ਸੁੱਤਿਆਂ ਪਿਆ ਸਾਡਾ ਗਲਾ ਬਹੁਤ ਡਰਾਈ ਹੋ ਜਾਂਦਾ, ਜੀ, ਸੋ ਉਹਦੇ 'ਚ ਬੜਾ ਦੁਖਣ ਲੱਗ ਜਾਂਦਾ, ਕਈ ਵਾਰੀ ਗੱਲਾਂ ਕਰਦੇ ਹਾਂ ਖੰਘ ਆ ਜਾਂਦੀ ਆ, ਸੋ ਡਰਾਈਨੈਸ ਜੀ ਆ ਜਾਂਦੀ ਆ, ਇਹ ਜਿਹੜਾ ਇਹ ਪੇਨ ਆ ਇਹਦਾ ਕਾਰਨ ਕੀ ਆ? ਹਾਂਜੀ ਜੱਜ ਜੀ, ਮੈਂ ਮਤਲਬ ਬੜਾ ਕਲੀਅਰ ਕੱਟ ਤੁਹਾਨੂੰ ਦੱਸਣ ਲੱਗਿਆ ਇਸ ਬਾਰੇ ਕਿ ਜਿਹੜਾ ਰਾਤ ਨੂੰ ਗਲੇ ਦਾ ਡਰਾਈ ਹੋਣਾ, ਖੁਸ਼ਕ ਹੋਣਾ ਹਾਂਜੀ, ਅਤੇ ਜਾਂ ਆਵਾਜ਼ ਦਾ ਬੈਠ ਜਾਣਾ, ਹਾਂ ਇਹ ਜਾ ਕੇ ਕਈ ਇੱਕ ਹੀ ਚੀਜ਼ ਨਹੀਂ ਜੁੜ ਜਾਂਦੇ ਆ। ਓਕੇ ਪਹਿਲਾਂ ਤਾਂ ਥੋੜ੍ਹਾ ਜਿਹਾ ਬੋਲਦੇ ਹਾਂ ਵੀ ਜਿਹੜੇ ਬੰਦੇ ਜਿਵੇਂ ਸਿੰਗਰ ਹੈ, ਤੁਸੀਂ ਹੋਸਟ ਹੋ, ਲੋੜ ਤੋਂ ਜ਼ਿਆਦਾ ਮਤਲਬ ਜਿਹੜਾ ਵੋਕਲ ਕਾਰਡ ਯੂਜ਼ ਕਰਦੇ ਹੋ, ਵਰਤਦੇ ਹੋ, ਤਾਂ ਉਹਦੇ 'ਚ ਆਵਾਜ਼ ਬੈਠ ਜਾਂਦੀ ਹੈ। ਓਕੇ ਆਵਾਜ਼ ਜਦੋਂ ਖੁਸ਼ਕੀ ਆਊਗੀ ਵੀ ਕੋਈ ਚੀਜ਼ ਮਤਲਬ ਜ਼ਿਆਦਾ ਵਰਤੀ ਗਈ ਲਾਊਡਲੀ, ਅਤੇ ਉਹ ਓਕੇ ਮਜਬੂਰੀ ਬਸ, ਚਲੋ ਸਿੰਗਰਾਂ ਦਾ ਆਪਦਾ ਹੋਇਆ ਜੀ ਮਜਬੂਰੀ ਹੈ, ਤੁਹਾਡੀ ਵੀ ਹੌਸਲੇ ਦੀ ਵੀ ਮਜਬੂਰੀ ਹੈ, ਬੋਲਣਾ ਪੈਂਦਾ, ਤਾਂ ਉਸ ਨਾਲ ਜਿਹੜੇ ਉਹਨੇ ਗਲੈਂਡਸ ਆ ਸਾਡੇ, ਉਹਨਾਂ 'ਚ ਡਰਾਈਨੈਸ ਹੋ ਜਾਂਦੀ ਹੈ ਅਤੇ ਓਕੇ ਆਵਾਜ਼ ਬੈਠ ਜਾਂਦੀ ਹੈ। ਓਕੇ ਇੱਕ ਤਾਂ ਇਹਦੇ ਵਾਸਤੇ ਮਤਲਬ ਦੋ ਚਾਰ ਖੁਰਾਕਾਂ ਨਾਲ ਹੀ ਆਵਾਜ਼ ਵਾਪਸ ਆ ਜਾਂਦੀ ਹੈ। ਓਕੇ ਹੁਣ ਉਦੋਂ ਅਗਲਾ ਚੈਪਟਰ ਹੈ ਵੀ ਕਿ ਤੁਸੀਂ ਕਹੇ ਵੀ ਰਾਤ ਨੂੰ, ਸਿਰਫ ਰਾਤ ਨੂੰ ਹੀ ਕਿਉਂ ਸੁੱਕਦਾ ਹੈ? ਜੇ ਜੀ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ, ਸਾਡੇ ਮੇਦੇ ਦੇ ਵਿੱਚ ਜਾਣੀ ਸਟੋਮਿਕ ਦੇ ਵਿੱਚ ਐਸਿਡ ਬਣ ਜਾਂਦਾ ਹੈ। ਐਸਿਡ ਬਣਨ ਨਾਲ, ਸਾਇਲੈਂਟ ਐਸਿਡ, ਜ਼ਰੂਰੀ ਨਹੀਂ ਕਿ ਬਰਨਿੰਗ ਹੋਵੇ, ਜਲਣ ਹੋਵੇ, ਸਾਇਲੈਂਟ ਐਸਿਡ ਨਾਲ ਕੀ ਹੁੰਦਾ? ਬੰਦੇ ਦੇ ਮੂੰਹ 'ਚ ਖੁਸ਼ਕੀ, ਆਵਾਜ਼ ਦਾ ਬੈਠ ਜਾਣਾ, ਉਲਟੀ, ਓਕੇ ਘਬਰਾਹਟ, ਇਹ ਆਮ ਹੀ ਕੋਮਨ ਸਿੰਪਟਮ ਹੈ। ਓਕੇ ਕਈ ਬੰਦੇ ਘਬਰਾ ਜਾਂਦੇ ਜੀ ਮਤਲਬ ਵੀ ਆਹ ਸਾਨੂੰ ਕੀ ਹੋ ਗਿਆ, ਉਸ ਟਾਈਮ ਤੇ ਥੋੜਾ ਜਿਹਾ ਉੱਠ ਕੇ ਜੇ ਪਾਣੀ ਪੀਤਾ ਜਾਵੇ ਦੀ ਬੈਸਟ ਹੈ, ਬਟ ਇਸ ਨੂੰ ਮਤਲਬ ਹੋਮਿਓਪੈਥਿਕ ਮੈਡੀਸਿਨ ਨਾਲ ਜਿਹੜੀ ਆਵਾਜ਼ ਬੈਠਦੀ ਆ ਉਹ ਵੀ ਜੀ, ਓਕੇ ਬਾਕੀ ਜਿਹੜਾ ਤੁਸੀਂ ਦੱਸਿਆ ਕਿ ਵੀ ਰਾਤ ਨੂੰ ਡਾਕਟਰ ਸਾਹਿਬ ਗਲਾ ਬੈਠਦਾ, ਉਹਦੇ ਵਾਸਤੇ ਐਂਟੀ ਐਸਿਡ ਦਵਾਈਆਂ ਵਧੀਆ ਹੈਗੀਆਂ ਜੀ ਓਕੇ ਵਿਦਆਊਟ ਐਨੀ ਸਾਈਡ ਇਫੈਕਟ। ਠੀਕ ਆ। ਅਤੇ ਈਵਨ ਕਿ ਜਿਹੜਾ ਮੇਦੇ ਦੇ ਵਿੱਚ ਕਿਸੇ ਕਿਸਮ ਦੀ ਪ੍ਰੋਬਲਮ ਆਉਂਦੀ ਹੈ ਵੀ ਰੋਟੀ ਡਾਈਜੈਸਟ ਨਹੀਂ ਹੋਈ, ਗਲੇ 'ਚ ਰੀਫਲੈਕਟ ਕਹਿੰਦੇ ਜੀ ਓਕੇ ਐਸਿਡ ਰੀਫਲੈਕਟ, ਹਾਂਜੀ, ਤਾਂ ਨੂੰ ਆ ਜਾਂਦਾ ਇੱਥੇ ਤਾਂ ਹੀ ਗੜਾ ਆ, ਹਾਂਜੀ ਹਾਂ, ਸੜਨ 'ਚ ਲੱਗ ਜਾਂਦਾ ਸੜਨ ਨਾ। ਲੱਗ ਜਾਂਦਾ, ਉਹਦੇ 'ਚ ਇੱਕ ਸਾਡੇ ਸਟੋਮਿਕ ਦੇ ਉੱਤੇ ਬਲਬ ਹੁੰਦਾ ਜੀ ਮਤਲਬ ਪੰਜਾਬੀ 'ਚ ਮੈਂ ਬੋਲਤਾ ਕਿ ਵੀ ਉਹ ਬੰਦ ਨਹੀਂ ਹੁੰਦਾ ਜੀ, ਤਾਂ ਜਿਹੜਾ ਖਾਧਾ ਹੋਇਆ ਫੂਡ ਹੈ ਉਹ ਵਾਪਸ ਆ ਜਾਂਦਾ ਜੀ। ਕੁਦਰਤ ਨੇ ਇਹੋ ਜਿਹੇ ਅੰਗ ਬਣਾਇਆ ਕਿ ਜਦੋਂ ਅਸੀਂ ਫੂਡ ਖਾਧਾ ਤਾਂ ਉਹ ਢੱਕਣ ਲੱਗ ਗਿਆ ਪੰਜਾਬੀ ਦੇ ਵਿੱਚ, ਅਤੇ ਜੇ ਢੱਕਣ ਕਿਤੇ ਖੁੱਲਦਾ ਰਹਿ ਜੇ, ਹਸ ਟੂ ਹਰਨੀਆ ਵਰਲਡ ਵਰਤ ਦਿੰਦੇ ਜੀ, ਵੱਲ ਉਹ ਖੁੱਲ੍ਹਾ ਰਹਿਣਾ, ਅਤੇ ਉਹ ਰੀਫਲੈਕਟ ਕਰਦਾ ਰਹਿੰਦਾ ਹੈ।
ਨਾਲੇ ਤਾਂ ਮੂੰਹ ਚ ਪਾਣੀ ਆ ਜਾਂਦਾ ਜੀ, ਨਾਲੇ ਮਤਲਬ ਗਲੇ ਚ ਖੁਸ਼ਕੀ ਆ ਜਾਂਦੀ ਹੈ, ਕਈਆਂ ਦਾ ਗੋਲਾ ਕੜਵਾ ਵੀ ਹੋ ਜਾਂਦਾ। ਇਹਨਾਂ ਦੇ ਸਾਰੇ ਸਿੰਪਟਮ ਨੂੰ ਮਤਲਬ ਰਿਲੀਫ ਦੇਣ ਵਾਸਤੇ ਛੁਟਕਾਰਾ ਪਾਇਆ ਜਾ ਸਕਦਾ। ਤੇ ਦੂਜੀ ਗੱਲ ਨਾਲ ਮੈਂ ਥੋੜਾ ਜਿਹਾ ਫੂਡ ਦੱਸ ਦਿਆਂ ਕਿ ਰਾਤ ਨੂੰ ਮਤਲਬ ਜਿਹੜਾ ਜ਼ਿਆਦਾ ਮਤਲਬ ਗਰਮ ਫੂਡ ਹੈ ਲੋੜ ਤੋਂ ਜ਼ਿਆਦਾ, ਜਿਵੇਂ ਸਮਰ ਦੇ ਵਿੱਚ ਮਤਲਬ ਜਿਵੇਂ ਕਈ ਬੰਦੇ ਖਜੂਰਾਂ ਵਗੈਰਾ ਖਾਂਦੇ ਉਹ ਸਮਰ ਚ ਨਹੀਂ ਖਾਣੀਆਂ ਚਾਹੀਦੀਆਂ। ਤੇ ਇੱਕ ਜਿਹੜੀਆਂ ਬਾਹਲੀਆਂ ਮਤਲਬ ਫਰਾਈ ਕੀਤੀਆਂ ਚੀਜ਼ਾਂ, ਹਾਂ ਜਿਵੇਂ ਰਾਤ ਨੂੰ ਕਾਫੀ ਫਰਕ ਹੈ ਉਸ ਵਿੱਚ, ਠੀਕ ਹੈ ਜੀ। ਇਹਦੇ ਚ ਥੋੜੇ ਬਹੁਤੇ ਪ੍ਰਿਜ਼ਰਵ ਪਾਉਂਦੇ ਆ ਜੀ, ਕਿ ਇੰਡੀਆ ਦਾ ਜਿਹੜਾ ਸਿੱਧਾ ਮੱਝ ਤੋਂ ਜਾਂ ਗਾਈ ਤੋਂ ਕੱਢ ਕੇ ਦੁੱਧ ਪੀਂਦੇ ਸੀ ਉਸ ਦੁੱਧ ਦਾ ਦੇਸ਼ ਦਾ ਫਰਕ ਹੈ, ਬਟ ਨਾਈਟ ਨੂੰ ਮੈਂ ਦੁੱਧ ਐਡਵਾਈਜ਼ ਨਹੀਂ ਕਰੂੰਗਾ। ਜਦੋਂ ਠੰਡਾ ਦੁੱਧ ਪੀ ਲਈਦਾ ਨਾ ਰਾਤ ਨੂੰ ਉਹ ਬੜਾ ਵਧੀਆ ਲੱਗਦਾ ਜਦੋਂ ਪੀਦਾ, ਉਦੋਂ ਸ਼ਾਂਤੀ ਆ ਜਾਂਦੀ ਹੈ। ਹਾਂਜੀ ਉਹ ਐਸਿਡ ਨੂੰ ਤਾਂ ਠੀਕ ਕਰਦਾ, ਇਹ ਵੀ ਨਾਲ ਮੈਂ ਦੱਸਦਾ। ਹਾਂਜੀ ਥੋੜਾ ਦੁੱਧ ਜਾਂ ਵਨੀਲਾ ਫਲੇਵਰ ਦੀ ਫਲੇਵਰ ਦੀ ਆਈਸਕ੍ਰੀਮ ਇਹ ਫੇਵਰ ਕਰਦੀ ਹੈ ਜੀ ਐਸਿਡ ਨੂੰ, ਬਟ ਜਿਹੜਾ ਗਰਮ ਗਰਮ ਦੁੱਧ ਪੀ ਕੇ ਰਾਤ ਨੂੰ ਡਾਈਜੈਸਟ ਕਰਨ ਤੇ ਕਈ ਬੰਦਿਆਂ ਨੂੰ ਟਾਈਮ ਲੱਗਦਾ ਜੀ, ਉਹ ਫਿਰ ਬਹੁਤ ਖਰਾਬ ਤੰਗ ਹੁੰਦਾ ਜੀ। ਇਸ ਕਰਕੇ ਮਤਲਬ ਆਪਾਂ ਜਿਨ੍ਹਾਂ ਨੂੰ ਫਿੱਟ ਆ ਉਹ ਪੀ ਸਕਦੇ ਹਾਂ, ਬਟ ਜਿਹੜੇ ਬੰਦੇ ਤੰਗ ਹੁੰਦੇ ਆ ਐਸਿਡ ਬਣਦਾ ਮੂੰਹ ਸੁੱਕਦਾ ਉਹ ਇਹ ਨਾ ਪੀਣ ਜੀ, ਉਹ ਡੇ ਟਾਈਮ ਚ ਪੀ ਲੈਣ, ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪੀ ਲੈਣ ਜੀ, 4 ਤੋਂ ਪਹਿਲਾਂ ਪੀ ਲੈਣ, ਬੈੱਡ ਟਾਈਮ ਨਾ ਪੀ, ਬੈੱਡ ਟਾਈਮ ਨਾ। ਹਾਂਜੀ ਠੀਕ ਹੈ। ਤੇ ਇਸ ਕਰਕੇ ਮਤਲਬ ਇਹਨਾਂ ਦਾ ਮਤਲਬ ਇਹਦੀ ਦਵਾਈ ਤੁਹਾਡੇ ਕੋਲ ਬਹੁਤ ਵਧੀਆ ਹੈ। ਹਾਂਜੀ ਦੁੱਧ ਹਜ਼ਮ ਕਰਨ ਵਾਲੀ ਦਵਾਈ ਵੀ ਹੈਗੀ, ਓਕੇ ਜੇ ਕਿਸੇ ਨੂੰ ਚਾਹੀਦੀ ਹੈ ਦੁੱਧ ਨਹੀਂ ਹਜ਼ਮ ਹੁੰਦਾ ਤੇ ਉਹ ਫੋਨ ਕਰ ਲੈਣ ਜੀ, ਜਦੋਂ ਮਰਜ਼ੀ ਦਵਾਈ ਦੇ ਦੇਣਗੇ। ਦਵਾਈ ਹੈ ਕਿ ਹਰ ਇੱਕ ਤਰ੍ਹਾਂ ਦੀ ਦਵਾਈ ਹੈ ਵਿਦਆਊਟ ਸਾਈਡ ਇਫੈਕਟ, ਸੋ ਇਹ ਤੇ ਰਿਐਕਸ਼ਨ ਤੋਂ। ਹਾਂਜੀ ਤੇ ਕੋਈ ਵੀ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਕੁਐਸਚਨ ਹੁੰਦਾ ਕਿ ਅਸਰ ਨਹੀਂ ਕਰਦੀ ਜਿਹੜੀ ਚੀਜ਼ ਦਾ ਸਾਈਡ ਇਫੈਕਟ ਨਹੀਂ ਹੁੰਦਾ, ਇਹ ਵੀ ਰੋਂਗ ਆ। ਜੇ ਉਹ ਅਸਰ ਕਰਦੀ ਹੈ ਪਰ ਤੁਹਾਨੂੰ ਉਹਦਾ ਪ੍ਰੋਪਰ ਉਹਨੇ ਮਹੀਨੇ ਉਹਨੂੰ ਖਾਣਾ ਪੈਂਦਾ, ਜਿੰਨੇ ਮਹੀਨੇ ਡਾਕਟਰ ਸਾਹਿਬ ਨੇ ਕਿਹਾ ਹੁੰਦਾ ਉਹਦਾ ਰਿਜ਼ਲਟ ਮਿਲ ਜੂਗਾ ਜੀ। ਇਹ ਮੈਂ ਮਤਲਬ ਪ੍ਰੋਮਿਸ ਕਰ ਲੈਂਦਾ, ਜਿੰਨਾ ਟਾਈਮ ਕਿਹਾ ਜੀ ਉਨੇ ਟਾਈਮ ਕੰਟੀਨਿਊ ਪਰਸਨ ਕਰਦਾ ਤਾਂ ਰਿਜ਼ਲਟ ਦੇਣਾ ਮਤਲਬ ਸਾਡਾ ਜ਼ਿੰਮੇਵਾਰੀ ਹੈ। ਮਨੀ ਬੈਕ ਗਰੰਟੀ ਨਹੀਂ ਅਸੀਂ ਕਹਿੰਦੇ, ਉਹ ਗਰੰਟੀ ਹੈ, ਉਹ ਗਰੰਟੀ ਡੀਜ਼ ਦੀ ਗਰੰਟੀ ਹੈ ਜੀ, ਕਿਉਂਕਿ ਆਮ ਹਰ ਚੀਜ਼ ਤੇ ਹੁੰਦਾ ਮਨੀ ਬੈਕ ਗਰੰਟੀ ਖਾ ਕੇ ਆ ਜਾਂਦੇ ਆ, ਅਜੇ ਅਸੀਂ ਖਾਧੀ ਹੈ ਠੀਕ ਨਹੀਂ ਹੋਇਆ ਹੁਣ ਮਨੀ ਬੈਕ ਦਿਓ, ਹੈ ਨਾ। ਠੀਕ ਹੈ ਜੀ, ਓਕੇ, ਸੋ ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ, ਸਤਿ ਸ਼੍ਰੀ ਅਕਾਲ।